ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਪੰਜ ਗਰਾਈ ਖੁਰਦ, ਇਹ ਪਿੰਡ ਮੋਗੇ ਜ਼ਿਲ੍ਹੇ ਦਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਹੈ। ਬਾਘੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ। ਹੱਦ ਵਾਲਾ ਪਿੰਡ ਕਿਹਾ ਜਾਂਦਾ ਕਿਉਂਕਿ ਮੋਗਾ ਅਤੇ ਫਰੀਦਕੋਟ ਜ਼ਿਲ੍ਹੇ ਦੀ ਹੱਦ 'ਤੇ ਇਹ ਪਿੰਡ ਹੈ। ਇਹਦੂ ਅੱਗੇ ਪੰਜ ਗਰਾਈ ਕਲਾਂ, ਉਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ। ਸਰਾਂ ਜਰਸੀ ਫਾਰਮ ਦੱਸੋ ਜਿੱਥੇ ਵੀਡੀਓ ਬਣਾ ਰਹੇ ਹਾਂ, ਅਤੇ ਥੋੜ੍ਹਾ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਂ ਕਿਉਂਕਿ ਵਿੱਚੋਂ ਝੋਨੇ ਦਾ ਸੀਜ਼ਨ ਆ ਗਿਆ ਸੀ, ਅਤੇ ਬਾਈ ਪਸ਼ੂ ਪਾਲਣ ਦਾ ਕੰਮ ਆਪਦਾ, ਘਰ ਵੀ ਚੰਗੇ ਪਸ਼ੂ ਰੱਖੇ ਹੋਏ ਆ, ਗਿਣਤੀ ਕਾਫੀ ਰੱਖਦਾ, ਖੇਤੀਬਾੜੀ ਵੀ ਵਧੀਆ ਕਰਦਾ, ਮਤਲਬ ਚੰਗੇ ਪੱਧਰ ਦੇ ਉੱਤੇ ਖੇਤੀਬਾੜੀ ਹੈ। ਤੁਸੀਂ ਘਰ 'ਚ ਮੱਝਾਂ ਦੇਖ ਸਕਦੇ ਹੋ ਜਿਹੜੀਆਂ ਬੈਠੀਆਂ, ਗਾਵਾਂ ਜਿਹੜੀਆਂ, ਇੱਕ ਗਾਂ ਵੈੜ ਖੜ੍ਹੀ ਦਿਸੂਗੀ ਤੁਹਾਨੂੰ, ਅਤੇ ਬਾਕੀ ਨਾਗ ਜਿਹੜੇ ਬਾਹਰ ਵੱਖਰੀ ਜਗ੍ਹਾ ਜਿੱਥੇ ਬਾਈ ਉਹਨਾਂ ਨੂੰ ਬੰਨਦਾ। ਸੋ ਉਹਦੇ ਕਰਕੇ ਕੁਸਚਰ ਵਪਾਰ ਦਾ ਕੰਮ ਰੋਕਿਆ ਸੀ, ਅਤੇ ਅੱਜ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਤਾਜ਼ੀ ਸੂਈ ਵੀ ਗਾਂ ਤੋਂ। ਆਓ ਡਿਟੇਲ ਪੁੱਛੀਏ, ਬੱਚਾ ਇਹਦੇ ਨਾਲ, ਵੱਛਾ ਦੱਸੋ, ਅਤੇ ਵੱਛੇ ਦਾ ਨਾੜੂਆ ਨਾਲ ਹੈ। ਗਾਂ ਕਈ ਵਾਰ ਨਾੜੂਆ ਜਿਹੜਾ ਤੋੜ ਦਿੰਦੀਆਂ ਹੁੰਦੀਆਂ, ਗਾਵਾਂ ਨੂੰ ਆਦਤ ਹੁੰਦੀ ਹੈ, ਸੋ ਉਹ ਨਾੜੂਆ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਮੈਂ, ਇੱਥੋਂ ਦਿਸਦਾ ਹੁਣ। ਪਾਓ ਜਾਣਕਾਰੀ ਲਈਏ। ਸੰਦੀਪ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਅਸਰ ਤਾਂ ਹਜੇ ਵੀ ਝੋਨੇ ਦਾ ਦਿਸਦਾ ਸੰਦੀਪ ਹੈ। ਹਾਂਜੀ, ਨਹੀਂ ਝੋਨੇ ਦਾ ਹੈਗਾ ਬਾਈ, ਬਾਕੀ ਆਪਣਾ ਸੈਲੇਜ ਦਾ ਜ਼ਿਆਦਾ ਕਰਕੇ ਥੋੜ੍ਹਾ ਜਿਹਾ ਬਾਸਮਤੀ ਚੌਲ ਜੇ ਰਹੀ। ਅੱਛਾ, ਠੀਕ ਹੈ, ਪਾਲਿਆ ਸਾਈਲੇਜ ਵਗੈਰਾ ਹੋ ਗਏ ਫ੍ਰੀ? ਹਾਂਜੀ, ਜਮਾਂ ਕੰਪਲੀਟ ਆ। ਠੀਕ ਹੈ। ਅੱਛਾ ਸੰਦੀਪ, ਹੁਣ ਤਾਂ ਫਿਰ ਰੂਟੀਨ 'ਚ ਲਿਆਇਆ ਕਰਾਂਗੇ ਪਸ਼ੂ? ਹਾਂਜੀ, ਰੂਟੀਨ 'ਚ ਬਾਈ, ਪਸ਼ੂ ਬਾਈ ਆ ਕਿ ਦੋ ਦੋ ਵਹਿੜਾਂ ਆ ਜਾਂਦੀਆਂ ਸੀ ਅਤੇ ਪਰ ਬਹਿ ਕੇ ਜਾਂਦੀਆਂ ਸੀ। ਅੱਛਾ, ਹਾਂਜੀ, ਜ਼ਿਆਦਾ ਬਾਈ ਸੂਈ ਸਵਾਈ ਗਾਂ ਜ਼ਿਆਦਾ ਲੈਂਦੇ ਸੀ। ਠੀਕ ਹੈ, ਉਹਦੇ ਕਰਕੇ ਰੂਟੀਨ 'ਚ ਹੀ ਕਿਤੇ ਇੱਕ ਤੀਜੇ ਚੌਥੇ ਦਿਨ ਵੈਗੀ ਆਏ ਚੱਲੀ ਜਾਣੀ, ਜਮਾਂ ਬੰਦ ਨਹੀਂ ਕੀਤਾ? ਨਹੀਂ, ਜਮਾਂ ਬੰਦ ਨਹੀਂ, ਘਟਾਤਾ ਸੀ, ਘਟਾਤਾ ਹੀ। ਹਾਂਜੀ, ਠੀਕ ਹੈ। ਅੱਛਾ ਬਾਈ, ਅੱਜ ਜਿਹੜੀ ਪਹਿਲੇ ਨੰਬਰ 'ਤੇ ਹੁਣ ਆਪਾਂ ਗਾਂ ਦਿਖਾਉਣੀ ਹੈ, ਇਹ ਦੂਜਾ ਸੂਆ ਵੈੜ ਆ ਬਾਈ, ਅਤੇ ਕੱਲ੍ਹ ਸੁਬਾਹ ਸੂਈ ਆ ਜੀ। ਠੀਕ ਹੈ, ਹਾਂਜੀ, ਅੱਧ ਕੁ ਬੋਲੇ ਤੋਂ ਬਾਈ ਖਾਲੀ ਆ ਜੀ ਇਹ। ਠੀਕ ਹੈ, ਹਾਂਜੀ, ਡਿਮਾਂਡ ਕੀ ਰਹਿਣੀ ਸੰਦੀਪ? ਡਿਮਾਂਡ ਇਹਦੀ ਫੋਨ 'ਤੇ ਆ ਜੀ। ਠੀਕ ਹੈ, ਅਤੇ ਠੰਡੀ ਸੀਲ ਦੋਨੇ ਹੀ, ਤਿੰਨੇ ਨਾਗ ਬਾਈ ਇੰਨੇ ਕੁ ਸੀਲਸ ਲੱਗ ਗਏ ਜੀ, ਭਲਾ ਥੱਲੇ ਬਹਿ ਬਹਿ ਧਾਰਾਂ ਮਾਰੀ ਅੱਗੇ ਆਪਾਂ ਲੱਤ ਨਹੀਂ ਲਾਉਂਦਾ। ਠੀਕ ਹੈ, ਖੋਲ ਲਈ। ਸੋ ਦੱਸੋ, ਇਹ ਪਹਿਲੇ ਨੰਬਰ 'ਤੇ ਦੂਜਾ ਸੂਆ, ਕੱਲ੍ਹ ਸੁਬਾਹ ਦੀ ਸੂਈ ਅੱਧੇ ਬੋਲੇ ਤੋਂ ਖਾਲੀ, ਮਤਲਬ ਅੱਧੀ ਕਚੋਤੀ ਸੀ ਬਾਈ ਨੇ, ਜਮਾਂ ਖਾਲੀ ਨਹੀਂ ਕੀਤੀ। ਹਵਾਨਾ ਹੁਣ ਭਰਿਆ ਹੀ ਦੇਖੋਗੇ ਕਿਉਂਕਿ ਮੈਂ ਸੁਬਾਹ ਵੀਡੀਓ ਬਣਾ ਰਿਹਾ, ਅਤੇ ਹਜੇ ਮਿਲਕਿੰਗ ਹੋਣੀ ਆ। ਫਿਕਸ ਜਿਹਾ ਹਵਾਨਾ ਦੱਸੋ, ਦੁੱਧ ਕਿੰਨਾ ਕੁ ਦੇ ਦੂ, ਤੁਹਾਡੀ ਸਮਝ ਹੈ। ਹਵਾਨਾ ਬਹੁਤ ਸੋਹਣਾ, ਚੌਰਸ ਬਿਲਕੁਲ, ਤੁਸੀਂ ਦੇਖੋ ਅੱਗੇ ਨੂੰ ਵੀ ਚੰਗਾ ਹਵਾਨਾ, ਪਛਾਣ ਨੂੰ ਵੀ ਚੰਗਾ। ਇਹਦੇ ਤੋਂ ਟੌਪ ਦੇ ਜਰਸੀ ਬੱਚੇ ਲਏ ਜਾ ਸਕਦੇ ਆ। ਮੈਂ ਟੌਪ ਦੇ ਇਸ ਕਰਕੇ ਕਹਿੰਦਾ ਹੁੰਦਾ ਵੀ ਜਿਹਦਾ ਗਾਂ ਦਾ ਥਣ ਹਵਾਨਾ ਚੰਗਾ ਨਾ, ਉਹਦੀ ਬਰੀਡ ਤਾਂ ਸੁਧਰੀ ਜਾਣੀ ਹੈ ਜਦੋਂ ਸੀਮਤ ਚੰਗਾ ਲੱਗੂ। ਖੁੱਲ੍ਹਾ ਚਵਾਇਆ ਬਾਈ ਪਿਛਲੇ ਸੂਏ ਦਾ ਹੀ। ਠੀਕ ਹੈ, ਐਤਕੀ ਵੀ ਗਰਮੀ ਹੈ, 15-16 ਤਾਂ ਦੇ ਦੂਗੀ, ਬੜੇ ਆਰਾਮ ਨਾਲ ਦੇ ਜਾਊਗਾ ਜੀ। ਠੀਕ ਹੈ, ਤੇ ਬਾਕੀ ਜਾਣ ਵਾਲੀ ਵਹਿੜ ਆ ਪੂਰੀ ਸਹੀ। ਸੋ ਜਿਹੜੀ ਮੈਂ ਗੱਲ ਕਰਦਾ ਦੋਸਤੋ, ਥਣ ਹਵਾਨਾ ਚੰਗਾ ਪਸ਼ੂ ਦਾ ਆ ਜਾਏ ਤਾਂ ਉਹ ਚੰਗਾ ਹੀ ਬਣ ਜਾਂਦਾ। ਇਹ ਤੁਸੀਂ ਇਹਦੇ ਥਣ ਦੇਖ ਸਕਦੇ ਹੋ, ਵਿੱਥੀ ਦੇਖ ਸਕਦੇ ਹੋ, ਥਣਾਂ 'ਚ ਹਵਾਨਾ ਦੇਖਿਓ। ਸੋ ਇਹ ਪਹਿਲੇ ਨੰਬਰ 'ਤੇ, ਇਹਦੂ ਬਾਅਦ 'ਚ ਇੱਕ ਗੱਭਣ ਗਾਂ ਖੜੀ ਹੈ। ਸੰਦੀਪ, ਇਹ ਕਹਿੰਦਾ ਸੂਆ ਸੁਣਦੀ ਬਾਈ? ਦੂਜਾ ਸੂਆ ਹੀ ਸੁਣਦੀ ਆ ਬਾਈ। ਕਿੰਨਾ ਕੁ ਚਿਰ ਲੈ ਜੂਗੀ ਜੀ? ਇਹਦੇ 5-4 ਦਿਨ ਪਏ ਆ ਬਾਈ ਜੀ। ਠੀਕ ਹੈ, ਹਫ਼ਤਾ ਲੈ ਜਾਈ, ਪਰ ਠੰਡੀ ਸੀਨਸ ਲੱਗ ਗਈ ਨਹੀਂ ਹੈ ਜੀ। ਇਹਦਾ ਰੇਟ ਇਹਨਾਂ ਦੋਹਾਂ ਦੇ ਫੋਨ 'ਤੇ ਆ ਬਾਈ, ਉਹ ਅੱਛੀ ਦਾ ਕਰਦਾ ਜੀ। ਠੀਕ ਹੈ, ਉੱਧਰ ਨੂੰ ਲੈ ਜਾਈ ਅੰਦਰ ਭਾਈ ਪਾਲ ਨੂੰ। ਸੋ ਦੱਸੋ, ਰੇਟ ਫੋਨ 'ਤੇ ਆ ਦੋਨਾਂ ਪਸ਼ੂਆਂ ਦੇ, ਇਹਦਾ ਵੀ ਤੁਸੀਂ ਹਵਾਨਾ ਦੇਖ ਲਓ। ਹਜੇ ਹਫ਼ਤਾ ਲਊਗੀ, ਚੰਗੀ ਤਿਆਰ ਹੋਊਗੀ, ਹਵਾਨਾ ਪੂਰਾ ਢਿੱਲਾ ਦਿਸਦਾ। ਬਰੀਡ ਇਹ ਵੀ ਜਰਸੀ ਪੱਖ 'ਚ ਹੀ ਹੈ। ਇਹਨਾਂ ਗਾਵਾਂ ਤੋਂ ਮੈਂ ਇਹ ਸਮਝਦਾ ਹੁੰਦਾ ਵੀ ਤੁਸੀਂ ਜਰਸੀ ਘਰੇ ਚੰਗੀ ਤਿਆਰ ਕਰ ਸਕਦੇ ਹੋ। ਕਾਰਨ ਇਹ ਹੈ ਵੀ ਕਿਉਂਕਿ ਇਹਨਾਂ ਦਾ ਰਿਕਾਰਡ ਆਪਾਂ ਨੂੰ ਪ੍ਰੋਪਰ ਨਹੀਂ ਮਿਲਦਾ ਕਈ ਵਾਰ,
ਤਾਂ ਜਿਹੜੀਆਂ ਤੁਸੀਂ ਵੱਛੀਆਂ ਤੁਹਾਡੇ ਕੋਲ ਆਉਣਗੀਆਂ ਉਹ ਪ੍ਰੋਪਰ ਰਿਕਾਰਡ ਵਾਲੀਆਂ ਹੋ ਜਾਣਗੀਆਂ। ਸੋ ਉਦੋਂ ਬਾਅਦ 'ਚ ਜਰਸੀ 'ਤੇ ਕੰਮ ਕੀਤਾ ਜਾ ਸਕਦਾ ਹੁੰਦਾ। ਬਾਕੀ ਇਹ ਵੀ ਗਾਂ ਸੋਹਣੀ ਲੱਗਦੀ ਹੈ, ਦੁੱਧ ਵੀ ਆਸ ਹੈ ਵੀ ਚੰਗਾ ਦੇ ਦੂਗੀ। ਬਾਕੀ ਦੁੱਧ ਸਮਝਣਾ ਤੁਸੀਂ ਹੈ, ਇਹ ਕੁਐਸਚਨ ਗਲਤ ਹੋ ਜਾਂਦਾ ਕਈ ਵਾਰਾਂ ਵੀ ਜੇ ਆਪਾਂ ਪੁੱਛ ਲਈਏ ਕਿੰਨਾ ਕੁ ਦੁੱਧ ਦੇ ਦੂ, ਤਾਂ ਉਹ ਤੁਹਾਡੇ ਕੋਲ ਉਹਨਾਂ ਦੁੱਧ ਦੇਵੇ ਨਾ, ਕਿਉਂਕਿ ਸੰਭਾਲ ਦਾ ਮੁੱਲ ਹੈ। ਹੋ ਸਕਦਾ ਕੋਈ ਵੀ ਵੀਰ ਜਿਹੜਾ 2-4 ਕਿਲੋ ਐਡਵਾਂਸ ਵੱਧ ਵੀ ਚੋਲੇ ਅਤੇ ਕਿਸੇ ਕੋਲ ਪਸ਼ੂ ਘੱਟ ਵੀ ਦੇ ਦੇ, ਕਿਉਂਕਿ ਰੱਖ ਰਖਾਵ 'ਤੇ ਬਹੁਤ ਫਰਕ ਪੈਂਦਾ। ਗੱਭਣ ਵੱਛੀ ਹੈ ਸੰਦੀਪ, ਇਹ ਮੂੰਹ ਚਾਰਦਾ ਦਾ ਬਾਈ ਆਪਣੇ ਕੋਲ ਬਾਈ 3 ਕੁ ਮਹੀਨਿਆਂ ਦੀ ਗੱਭਣ ਗਈ ਸੀ, ਠੀਕ ਹੈ, ਅਤੇ ਅੱਜ ਦੇ 27-28 ਦਿਨ ਬਾਕੀ ਹੈ, ਠੀਕ ਹੈ। ਅੱਛਾ ਕੀ ਰੇਟ ਕਰਦੇ ਹਾਂ? ਇਹਦਾ ਰੇਟ ਹੈਗਾ ਜੀ 57,000 ਰੁਪਏ ਤੋਰੀ। 57,000 ਰੇਟ ਹੈ ਦੋਸਤੋ, 27-28 ਦਿਨ ਬਾਕੀ ਹੈ, ਮਤਲਬ ਰੁੱਤ ਜੀ ਚੀਜ਼ ਹੋਊਗੀ, ਕਿਉਂਕਿ ਮਹੀਨੇ ਕੁ ਤੱਕ ਮੌਸਮ ਬਦਲਣ ਦੇ ਆਸਾਰ ਬਣ ਹੀ ਜਾਣੇ ਆ। ਸਾਉਣ ਮਹੀਨਾ ਨੰਘਣ ਵਾਲਾ, ਅੱਧ ਹੋ ਚੱਲਿਆ, ਅਤੇ ਗਾਂ ਭਾਦੋਂ ਵੀ ਜਿਹੜਾ ਉਹ ਨੰਘਣ ਦਾ ਪੱਖ ਹੋ ਜਾਊਗਾ, ਠੀਕ ਹੈ। ਸੋ 4 ਦੰਦ 57,000 ਰੇਟ ਹੈ, ਢਾਂਚਾ ਇਹਦਾ ਤੁਸੀਂ ਦੇਖ ਲਓ। 4 ਦੰਦ ਵੱਛੀ ਹੈ, ਥਣ ਸੋਹਣੇ ਹੈ, ਢਾਂਚਾ ਵੀ ਸੋਹਣਾ, ਸੰਭਾਲ ਤੁਸੀਂ ਕਰਨੀ ਹੈ, ਚੰਗੀ ਸਾਂਭ ਲਓਗੇ ਤਾਂ ਚੰਗਾ ਚੋਲੋਂਗੇ, ਚੈੱਕ ਪਾਸ ਕਰਾਉਣ ਦੀ ਲੋੜ ਲੱਗੇ ਤਾਂ ਕਰਵਾ ਲਿਓ, ਠੀਕ ਹੈ, ਕਿਉਂਕਿ ਤਸੱਲੀ ਕੀਤੀ ਚੰਗੀ ਹੁੰਦੀ ਹੈ ਮਾਲਕ ਦੇ ਘਰੇ। ਦਹਿਣੇ ਕਿੰਨੇ ਲੈ ਜੂਗੀ ਉਹਦਾ ਤੁਹਾਨੂੰ ਆਈਡੀਆ ਹੋ ਜੂਗਾ। ਇਹਦੇ ਥਣ ਦੇਖ ਲਓ, ਇੱਕੋ ਜਿਹੇ ਆ ਚਾਰੇ ਥਣ, ਸੋਹਣੇ ਢਾਂਚੇ ਦੀ 4 ਦੰਦ ਵੱਛੀ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ। ਇੱਕ ਇੱਧਰ ਹੋਰ ਵੈੜ ਹੈਗੀ ਹੈ ਜਿਹੜੀ ਤੁਹਾਨੂੰ ਦਿਖਾ ਦਿੰਦੇ, ਇੱਧਰ ਖੁੱਲ੍ਹੀ ਛੱਡੀ ਵੀ ਹੈ, ਸੰਦੀਪ ਇਹ ਗੱਭਣ ਹੈ ਕਿ ਨਹੀਂ ਬਾਈ? ਇਹਦੇ ਅੱਜ 27-28 ਦਿਨ ਇਹਦੇ ਟੀਕਾ ਲੱਗੇ ਨੂੰ ਹੋਇਆ ਜੀ, ਠੀਕ ਹੈ, ਆਪਾਂ ਆਪ ਹੀ ਲਵਾਇਆ ਬਾਈ ਇਹਦੇ, ਠੀਕ ਹੈ। ਦੰਦੋ ਖੀਰੀ ਹੈ ਜੀ, ਦੰਦੋ ਖੀਰੀ ਹੈ, ਹਾਂਜੀ ਹਾਂਜੀ। 27-28 ਦਿਨ ਹੋਏ ਆ ਦੋਸਤੋ, ਇਹ ਆਈ ਹੋਈ ਇਹਨੂੰ ਦੰਦੋ ਖੀਰੀ ਹੈ, ਦੰਦ ਤੁਹਾਨੂੰ ਦਿਖਾ ਦਿੰਦੇ ਹਾਂ ਇਹਦੇ ਕਨਫਰਮ, ਬਸ ਠੀਕ ਹੈ ਸੰਦੀਪ, ਖੀਰੀ ਹੈ ਦੋਸਤੋ ਇਹ, ਹਾਂਜੀ। ਇਹਦੇ ਨੋਰਮਲ ਜੀ ਬਈ ਸ਼ਾਕ ਸੀਗੀ, ਉਹ ਤੇ ਰਬੜ ਚੜਾਈ ਵੀ, ਹਾਂਜੀ, ਦੇਖਣ ਵਾਲੀ ਹੈ। ਸੋ ਦੋਸਤੋ ਇੱਕ ਥਣ ਜਿਹੜਾ ਐਕਸਟਰਾ ਸ਼ਾਕ ਸੀਗੀ ਛੋਟੀ ਜੀ, ਉਹਦੇ ਤੇ ਰਬੜ ਲਾਤੀ ਬਾਈ ਨੇ, ਉਹ ਥਣ ਚੜ ਜੂ ਮਰਜੀ ਬਈ ਮੁੱਲ ਕਰਾ ਲਈ 15,000 ਦੀ ਵੱਛੀ ਦੇ, ਠੀਕ ਹੈ। ਸੋ ਖੀਰੀ ਵੱਛੀ 15,000 ਚ, 27-28 ਦਿਨ ਹੋਏ ਆ ਇਹ ਹੋਈ ਨੂੰ, ਤੁਸੀਂ ਖਾਲੀ ਮੰਨ ਕੇ ਖਰੀਦ ਲਿਓ, 15,000 ਚ ਇਹ ਆਈ ਕਰਾ ਲਓਗੇ ਦੋਸਤੋ, ਤੇ 9 ਮਹੀਨੇ ਮੈਂ ਇਹ ਮੰਨਦਾ ਵੀ 1 ਸਾਲ ਵਿੱਚ ਦੀ ਤੁਹਾਨੂੰ ਇਹ ਰਕਮ ਵਧਾ ਦੂਗੀ ਤੁਹਾਡੀ, ਕਿੰਨੀ ਕੁ ਵਧਾ ਲਉਂਗੇ ਉਹ ਤੁਹਾਡੀ ਸਮਝ ਹੈ। ਸੋ ਇਹ 3 ਨਾਗ ਦੋਸਤੋ ਬਾਈ ਨੇ ਵਿਖਾਊ ਕੀਤੇ ਅੱਜ ਦੀ ਵੀਡੀਓ ਦੇ ਵਿੱਚ, ਦੋਵਾਂ ਦੇ ਰੇਟ ਦੱਸਦੇ ਹੈ, ਦੋਵਾਂ ਦੇ ਰੇਟ ਫੋਨ 'ਤੇ ਹੈ। ਸੋ ਤੁਹਾਨੂੰ ਜਿਹੜਾ ਨਗ ਜਚੂਗਾ ਉਹਦੀ ਤਸੱਲੀ ਆ ਕੇ ਕਰਿਓ, ਖਾਸ ਕਰਕੇ ਸੂਈ ਸਵਾਈ ਵੈੜ ਨੂੰ ਚੋਇਆ ਜਾ ਸਕਦਾ, ਹਜੇ ਬੌਲੇ 'ਚ ਹੀ ਹੈ ਤਾਂ ਭਾਵੇਂ 1 ਡੰਗ ਚੋ ਕੇ ਇਹਦੇ ਥਣ ਹਵਾਨਾ ਪਾਸ ਕਰ ਲਿਓ ਜੀ, ਬਾਕੀ ਦੁੱਧ ਜਿਹੜਾ ਉਹ ਤੁਹਾਡੇ ਕੋਲ ਤੁਹਾਡੀ ਸੇਵਾ ਨਾਲ ਹੀ ਦੇਣਾ। ਅੱਜ ਦੀ ਵੀਡੀਓ ਦੇ ਫਿਲਹਾਲ ਇਹ 3-4 ਪਸ਼ੂ ਵਿਕਾਊ ਸੀ, ਧੰਨਵਾਦ।